ਕੰਮ ਜਾਣ ਨੂੰ ਜੀ ਤਾਂ ਨਹੀਂ ਕਰਦਾ ਮੈਂ ਵੀਡੀਓ ਵਿੱਚ ਅੱਜ ਅਨਾਉਂਸ ਕਰ ਦਵਾਂ 5 ਦਿਨ ਹੋਰ ਰਹੂਗਾ ਇੱਥੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 8 ਤਰੀਕ ਹੈ ਤੇ ਅੱਜ ਭਾਰਤ ਬੰਦ ਸੀਗਾ ਪਹਿਲਾਂ ਤਾਂ ਇੱਥੇ ਰੋਡ ਜਾਮ ਕੀਤੇ ਗਏ ਸੀ ਸਾਡੇ ਸਾਰੇ ਬੰਦਿਆਂ ਵੱਲੋਂ ਤੇ ਹੁਣ ਸ਼ਾਮ ਦੇ ਤਕਰੀਬਨ 7 ਕੁ ਵੱਜਣੇ ਵਾਲੇ ਆ ਤੇ ਦਿੱਲੀ ਨੂੰ ਖਿੱਚਦੀਆਂ ਤਿਆਰੀਆਂ ਤੇ ਸਾਡੇ ਨਾਲ ਮੇਰੇ ਸਾਥੀ ਮਿਹਰ ਸਿੰਘ ਜੀ ਠੀਕ ਹੈ ਜੀ ਤੇ ਦਰਸ਼ਨ ਸਿੰਘ ਹੋ ਗਿਆ ਤੇ ਉਹਦੇ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਕੈਂਪੀ ਸਾਹਿਬ ਵੀ ਕਹਿ ਕੇ ਅਸੀਂ ਇਹਨਾਂ ਨੂੰ ਸੰਬੋਧਨ ਕਰਦੇ ਹਾਂ ਤੇ ਗਾਹਾਂ ਸਾਡੇ ਸਾਬਕਾ ਸਰਪੰਚ ਗਿਆਨ ਸਿੰਘ ਜੀ ਝੱਲੀਆਂ ਤੋਂ ਤੇ ਅਸੀਂ ਹੁਣ ਰਲ ਕੇ ਦਿੱਲੀ ਨੂੰ ਚੱਲੇ ਹਾਂ ਤੇ ਦਿੱਲੀ ਦੇ ਵਿੱਚ ਜਾ ਕੇ ਪੁਜੀਸ਼ਨ ਦੇਖਦੇ ਹਾਂ ਆਪਣੇ ਸਾਥੀਆਂ ਨੂੰ ਹੋਰ ਹੌਸਲਾ ਅਫਜਾਈ ਕਰਨ ਵਾਸਤੇ ਉੱਥੇ ਜਾ ਰਹੇ ਹਾਂ ਤੇ ਹੋਰ ਬੰਦੇ ਵੀ ਸਾਡੇ ਮਗਰ ਆ ਰਹੇ ਹਾਂ ਤੇ 3-4 ਗੱਡੀਆਂ ਤੁਰਨੀਆਂ ਹੈਗੀਆਂ ਇਸ ਸਮੇਂ ਅਸੀਂ ਸੋਲਖੀਆਂ ਟੋਲ ਪਲਾਜ਼ੇ 'ਤੇ ਖੜ੍ਹੇ ਹਾਂ ਅਤੇ ਹੁਣ ਤਾਂ ਅਸੀਂ ਅੱਧੇ ਘੰਟੇ ਜਾਂ ਘੰਟੇ ਤੱਕ ਉਹਦੇ 3-4 ਗੱਡੀਆਂ ਲੈ ਕੇ ਤੁਰਨਾ ਹੈਗਾ ਸੋ ਰਸਤੇ ਦੇ ਵਿੱਚ ਜੇ ਕਿਤੇ ਰੁਕਦੇ ਹਾਂ ਤਾਂ ਤੁਹਾਨੂੰ ਹੋਰ ਵੀ ਗੱਲਬਾਤ ਕਰਾਂਗੇ ਅਤੇ ਬਾਕੀ ਸਿਰੇ 'ਤੇ ਸਿਰੇ ਪਹੁੰਚ ਕੇ ਹੋਰ ਤੁਹਾਡੇ ਰੂਬਰੂ ਹੋਵਾਂਗੇ ਜੀ ਅਤੇ ਵੀਡੀਓ ਦੇ ਨਾਲ ਲਾਸਟ ਤੱਕ ਜ਼ਰੂਰ ਬਣੇ ਰਹੋ ਧੰਨਵਾਦ ਜੀ ਜੀ ਗੱਡੀ ਵਿੱਚ ਲੱਗ ਗਏ ਹੁਣ ਝੰਡਾ ਬੰਨਣ ਇਸ ਤੋਂ ਬਾਅਦ ਫਿਰ ਸਾਡੇ ਕੋਲ ਜਿਹੜਾ ਝੰਡਾ ਹੈਗਾ ਉਹ ਹੈ ਵੀ ਖਾਲਸਾ ਬਿਲਕੁਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੈਸ ਰਿਪੋਰਟਰ ਦੇ ਉੱਘੇ ਖਿਡਾਰੀ ਸੱਜਣ ਸਿੰਘ ਜੀ ਸੈਣੀ ਸਾਹਿਬ ਜਿਹੜੇ ਕਿ ਸਾਨੂੰ ਲੈ ਕੇ ਚੱਲੇ ਆ ਉੱਥੇ ਨੂੰ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਵੀ ਅਸੀਂ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਇੱਕ ਪੋਸਟ ਪਾਈ ਸੀਗੀ ਫੇਸਬੁੱਕ 'ਤੇ ਹਾਂ ਅਤੇ ਪੋਸਟ ਪਾਈ ਸੀ ਫੇਸਬੁੱਕ 'ਤੇ ਵੀਰ ਨੇ ਮੇਰੇ ਨੇ ਜਿਹਦੇ ਵਿੱਚ ਨੰਬਰ ਛੱਡਿਆ ਸੀ ਇਹਨਾਂ ਨੇ ਇੱਕ ਕੁ ਲੁਧਿਆਣੇ ਦੀਆਂ ਸੰਗਤਾਂ ਦਾ ਨੰਬਰ ਸੀਗਾ ਉਹ ਵੀ ਕਹਿੰਦੇ ਰੋਪੜ ਤੋਂ ਜੇਕਰ ਕੋਈ ਬੰਦੇ ਕੋਲ ਉੱਥੇ ਨੂੰ ਜਾਣ ਵਾਸਤੇ ਕੋਈ ਸਾਧਨ ਨਹੀਂ ਹੈਗਾ ਸਾਡੇ ਨਾਲ ਸੰਪਰਕ ਕਰਿਓ ਤਾਂ ਇਹ ਲੁਧਿਆਣੇ ਦੀ ਸੰਗਤ ਹੈ ਜਿਨ੍ਹਾਂ ਵੱਲੋਂ ਇਹ ਗੱਡੀ ਭੇਜੀ ਗਈ ਆ ਅਤੇ ਇਹ ਸਾਨੂੰ ਸਿਰੇ ਪਜਾਊਗੀ ਜੀ ਅਤੇ 2-3 ਦਿਨ ਬਾਅਦ ਇਹਨੇ ਫਿਰ ਉੱਥੇ ਨੂੰ ਕਿਹੜਾ ਮਾਨਾ ਸਾਨੂੰ ਲੈ ਕੇ ਵੀ ਆਊਗੀ ਜੀ ਅਸੀਂ ਧੰਨਵਾਦ ਕਰਦੇ ਵੀਰ ਦਾ ਖਾਲਸਾ ਪੰਥ ਦਾ ਝੰਡਾ ਲੈ ਕੇ ਹੁਣ ਕੂਚ ਕਰਨ ਜਾ ਰਹੇ ਜੀ ਦਿੱਲੀ ਵੱਲ ਨੂੰ ਤਿਆਰੀ ਹੈ ਜੀ ਸਾਡੀ ਹੁਣ ਲੱਗੇ ਹਾਂ ਨਿਕਲਣ ਅਤੇ ਗੱਡੀਆਂ ਦੇ ਵਿੱਚ ਬੈਠ ਕੇ ਹੁਣ ਰਸਤੇ ਦੇ ਵਿੱਚ ਕਿਤੇ ਜੇ ਚਾਹ ਪਾਣੀ ਦਾ ਕੋਈ ਪ੍ਰੋਗਰਾਮ ਹੋਇਆ ਤਾਂ ਉੱਥੇ ਵੀ ਥੋੜ੍ਹੀ ਜਿਹੀ ਵੀਡੀਓ ਬਣਾਵਾਂਗੇ ਅਤੇ ਦਰਸ਼ਨ ਸਿੰਘ ਜੀ ਦਾ ਵੀਰ ਜੀ ਦਾ ਖਾਸ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਸੋਲਖੀਆਂ ਟੋਲ ਪਲਾਜ਼ੇ ਤੱਕ ਛੱਡਣ ਆਇਆ ਇਹ ਸਾਨੂੰ ਪੀਣ ਦੇ ਵਾਸਤੇ ਰੁਕੇ ਹਾਂ ਜੀ ਹੁਣ ਆਪਾਂ ਹਵੇਲੀ ਕਰਨਾਲ ਦੇ ਵਿੱਚ ਐਂਟਰੀ ਕਰਦੀ ਸਾਰੇ ਸਾਰੇ ਸਾਥੀ ਹੈ ਇੱਥੇ ਦੇਖ ਸਕਦੇ ਪੰਜਾਬੀ ਢਾਬਾ ਵੀ ਲਿਖਿਆ ਵਾ ਸਾਹਮਣੇ ਪਰ ਸ਼ਾਇਦ ਥੋੜ੍ਹਾ ਜਿਹਾ ਪੁੱਠਾ ਦਿਖੂਗਾ ਅਤੇ ਮੈਂ ਤੁਹਾਨੂੰ ਦੱਸਦਾ ਦਿਖਾਊਂਗਾ ਜੀ ਜੀ ਸੁਖਦੇਵ ਢਾਬੇ 'ਤੇ ਚਾਹ ਲੱਗੇ ਹਾਂ ਪੀਣ ਹੁਣ ਅੰਦਰ ਜਾ ਕੇ ਅਤੇ ਅੰਦਰ ਦੇ ਵੀ ਤੁਹਾਨੂੰ ਥੋੜ੍ਹੀਆਂ ਕੁ ਤਸਵੀਰਾਂ ਦਿਖਾਵਾਂਗੇ ਤਕਰੀਬਨ ਰਾਤ ਦਾ ਹੁਣ ਇਹ 1 ਵੱਜਣੇ ਵਾਲਾ ਹੈ ਅਤੇ ਦੇਖੋ ਅੰਦਰ ਚੱਲ ਕੇ ਹੋ ਚੁੱਕੀ ਹੈ ਜੀ ਅਤੇ ਰਾਤ ਜਾਮ ਲੱਗਣ ਦੇ ਕਰਕੇ ਅਸੀਂ ਸੁਖਦੇਵ ਢਾਬੇ 'ਤੇ ਹੀ ਰੁਕ ਗਏ ਸੀਗੇ ਜੀ ਅਤੇ ਹੁਣ ਨਾਸ਼ਤਾ ਕਰਨ ਜਾ ਰਹੇ ਹਾਂ ਅੰਦਰ ਨੂੰ ਨਾਸ਼ਤਾ ਕਰਕੇ ਬਾਅਦ ਦੇ ਵਿੱਚ ਫਿਰ ਤੁਹਾਨੂੰ ਹੋਰ ਤਸਵੀਰਾਂ ਦਿਖਾਵਾਂਗਾ ਤਾਂ ਹੁਣ ਵੀ ਤੁਹਾਨੂੰ ਦਿਖਾ ਦਿੰਦਾ ਵੀ ਇਹ ਬਹੁਤ ਸੋਹਣਾ ਵਿਊ ਹੈ ਇੱਥੇ ਦਾ
ਪਤਾ ਲੱਗਾ ਵੀ ਜਾਮ ਖੁੱਲ੍ਹ ਗਿਆ ਇੱਥੇ। ਸਾਥੀ ਉਹ ਸਾਹਮਣੇ ਚਲੇ ਗਏ ਜਾ ਰਹੇ ਮੇਰ ਸਿੰਘ, ਗਿਆਨ ਸਿੰਘ ਅਤੇ ਅਮਰਿੰਦਰ ਸਿੰਘ। ਇਹਦੇ ਬੜੀ ਖੂਬਸੂਰਤ ਮਾਰਕੀਟ ਵਿੱਚ ਹੋਰ ਦਿਖਾਵਾਂਗੇ ਤੁਹਾਨੂੰ ਤਸਵੀਰਾਂ। ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਕੁੰਡਲੀ ਬਾਰਡਰ 'ਤੇ, ਆਪਣੀ ਟਰਾਲੀ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਸਾਡੇ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਮਤਲਬ ਅਮਨਾ ਆਪਣਾ ਛੋਟਾ ਵੀਰ ਸੀਗਾ ਬੁਲਾਈ ਅਤੇ ਨਿਰਮਲ ਜੱਟ ਅਤੇ ਹਾਂ ਇਹ ਹੁਣ ਇੱਥੇ ਪਹੁੰਚੇ ਹੋਏ। ਦੋ ਕੁ ਗੱਲਾਂ ਕਰ ਲਈਆਂ ਇਹਨਾਂ ਦੇ ਨਾਲ ਆਪਾਂ ਵੀ ਇਹ ਹੁਣ 3-4 ਦਿਨ ਹੋ ਗਏ ਆਏ ਨੂੰ, ਵੀ ਕਿੱਦਾਂ ਦਾ ਮਾਹੌਲ ਹੈ ਇੱਥੇ, ਜਿਵੇਂ ਮਾਹੌਲ ਬਹੁਤ ਵਧੀਆ ਬਾਈ, ਜੀ ਲੱਗਿਆ ਵਾ ਸਾਡਾ, ਜੀ ਲੱਗਿਆ ਵਾ ਘਰ ਨੂੰ ਜਾਣ ਨੂੰ, ਜੀ ਤਾਂ ਨਹੀਂ ਕਰਦਾ। ਮੈਂ ਵੀਡੀਓ ਵਿੱਚ ਅੱਜ ਅਨਾਊਂਸ ਕਰ ਲਵਾਂ 5 ਦਿਨ ਹੋਰ ਰਹੂਗਾ ਇੱਥੇ। ਸੁਣਦੇ ਕਹਿੰਦੇ ਵੀ ਪਾਣੀ ਦੀ ਬੜੀ ਕਿੱਲਤ ਹੋ ਜਾਣੀ ਹੈ, ਪਰ ਹੁਣ ਉਰੇ ਆ ਕੇ ਦੇਖਿਆ ਕਹਿੰਦੇ ਵੀ ਜੰਗਲ ਪਾਣੀ ਨੂੰ ਵੀ ਬਿਸਲਰੀ ਲੈ ਕੇ ਜਾਂਦੇ ਆ ਲੋਕ, ਪਾਣੀ ਦੀ ਕਿੱਲਤ ਦੀ ਗੱਲ ਕਰਦੇ ਬਹੁਤ ਵਧੀਆ ਟਾਈਮ ਪਾਸ ਹੁੰਦਾ। ਉਹ ਮੈਨੂੰ ਇੱਕ ਬਜ਼ੁਰਗ ਮਿਲੇ ਤੇ ਕਹਿੰਦਾ ਭਾਈ ਇੱਥੇ ਤਾਂ ਜਾਣ ਨੂੰ ਤਾਂ ਜੀ ਨਹੀਂ ਕਰਦਾ, ਕਹਿੰਦੇ ਸਿਆਣਿਆਂ ਵਰਗੇ ਸਿਆਣੇ ਬੰਦੇ ਮਿਲਦੇ ਆ, ਨਿਆਣਿਆਂ ਵਰਗੇ ਨਿਆਣੇ ਵੀ ਮਿਲਦੇ ਆ, ਹੈ ਨਾ। ਜਿਹਦਾ ਮਨ ਪਰਚਾਵਾ ਹੁੰਦਾ ਵੀ ਸ਼ਰਾਬ ਸ਼ਰੂਬ ਵਾਲਾ ਮਾੜਾ ਮੋਟਾ ਹੈ, ਉਹ ਉੱਦਾਂ ਦੇ ਵੀ ਹੈਗੇ ਹੈ, ਹੈ ਨਾ। ਕੋਈ ਵਧੀਆ ਖਿਆਲਾਂ ਵਾਲੇ ਵੀ ਹੈਗੇ, ਮਾੜੇ ਖਿਆਲਾਂ ਵਾਲੇ ਵੀ ਹੈਗੇ, ਸਾਰੇ ਹੀ ਹੈਗੇ, ਮਤਲਬ ਬੰਦੇ ਦਾ ਜੀ ਪੂਰਾ ਲੱਗਦਾ ਇੱਥੇ ਜਾਣ ਦਾ ਭਾਵ। ਬਾਕੀ ਘਰ ਵੀ ਰੋਟੀਆਂ ਹੀ ਖਾਣੀਆਂ ਹੁਣ ਹੈਗੇ ਘਰ 'ਚ, ਜਿਹੜੇ ਬੰਦੇ ਮੈਂ ਸਾਨੂੰ ਪਾਣੀ ਉਹ ਪਿਲਾਉਣਾ, ਨਿੰਮੇ ਦਾ ਭਾਈ ਪਿਲਾਈ ਜਾਂਦਾ ਪਾਣੀ, ਨਿੰਮੇ ਨੂੰ ਟੈਨਸ਼ਨ ਬਹੁਤ ਆ, ਮੈਨੂੰ 4 ਫੋਨ ਆ ਨਿੰਮੇ ਪਰ ਕਿ ਤੂੰ ਮੈਨੂੰ ਦੱਸਦਾ ਵੀ ਤਾਂ ਮੌਜਾ ਕਰਦਾ ਵਾ, ਮੈਸਾਂ ਦਾ ਖਿਆਲ ਕਰਦਾ ਕਰਦਾ ਤਾਂ ਮੈਨੂੰ ਕਹਿੰਦੇ ਕਹਿੰਦੇ ਦੇਖੀ ਬਾਈ ਮੈਂ ਅੰਦਰ ਮਾਫੀ ਕਿ ਨਹੀਂ, ਦਿੱਲੀ 'ਚ ਬੈਠਾ ਵੀ ਮੈਸਾਂ ਜੀ ਲੱਗ ਰਹੀ ਹੈ। ਅਰੇ ਆ ਗਏ ਬਾਪੂ ਮਾਲਾ ਚੱਲੀਆਂ ਦੇ, ਪਤੇ ਕਰਕੇ ਜਾਣਾ ਨਾ, ਬਸ ਠੀਕ ਆ ਫਿਰ, ਠੀਕ ਆ ਪਤੇ ਕਰਕੇ ਚੱਲਾਂਗੇ। ਚਲੋ ਜੀ ਤੁਹਾਨੂੰ ਹੁਣ ਕੁਛ ਅਸੀਂ ਲੰਗਰ ਖੁਦ ਵੀ ਛਕਣਾ ਅਤੇ ਲੰਗਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ, ਧੰਨਵਾਦ। ਪਹੁੰਚੇ ਹੋਏ ਹਾਂ, ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਅਪਾਹਜ ਵੀਰ ਨੇ ਉਹ ਵੀ ਇਸ ਧਰਨੇ ਦੇ ਵਿੱਚ ਆਪਣੇ ਆਪ ਨੂੰ ਸ਼ਿਰਕਤ ਕੀਤੀ ਹੈ ਅਤੇ ਸਾਡੇ ਨਾਲ ਜੋਗਿੰਦਰ ਸ਼ਰਮਾ ਸੋਨੀਪਤ ਤੋਂ ਆਏ ਹੋਏ ਨੇ, ਪਾਣੀਪਤ 'ਤੇ ਆਏ ਹੋਏ ਨੇ, ਅਤੇ ਉਹਨਾਂ ਦੇ ਨਾਲ ਅਸੀਂ ਅੱਜ ਰੂਬਰੂ ਹੋਏ ਤਾਂ ਸਾਨੂੰ ਇੱਕ ਨਵੀਂ ਮੋਟੀਵੇਸ਼ਨ ਮਿਲੀ। ਅਤੇ ਮੈਂ ਜਿਹੜੇ ਕਿਸਾਨ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਆਪ ਨੂੰ ਬਾਹਰ ਕੱਢੋ ਅਤੇ ਇਸ ਕਿਸਾਨੀ ਸੰਘਰਸ਼ ਔਰ ਮਜ਼ਦੂਰ ਸੰਘਰਸ਼ ਦੇ ਵਿੱਚ ਹਿੱਸਾ ਬਣੋ ਤਾਂ ਜੋ ਜਿਹੜੀ ਸਾਡੀ ਜਿੱਤ ਹੈ ਉਹ ਜਲਦ ਤੋਂ ਜਲਦ ਹੋ ਸਕੇ। ਮੈਂ ਇਹ ਬੇਨਤੀ ਕਰਦਾ ਇਸ ਅਪੀਲ ਨੂੰ ਮੰਨਦੇ ਹੋਏ, ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਹਿੱਸਾ ਲਓ।